दोस्तों की हाल चाल ने ਤੁਹਾਡਾ ਮੇਜ਼ਬਾਨ ਰਾਜ਼ਾ ਮਤ ਤੁਸੀਂ ਦੋ ਸੁਣਾ ਪੰਜਾਬ ਟੀਵੀ ਤੁਹਾਡਾ ਸੱਚ ਨੇ ਮੋਤ ਤੋਂ ਲੈ ਕੇ ਆਲਾ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ ਹਰ ਆਲਾ ਲਈ ਵੀਡੀਓ ਦਾ ਨੋਟੀਫਿਕੇਸ਼ਨ ਆਸਾਨੀ ਪਹੁੰਚਦਾ ਰਹੇ ਨੰਬਰ ਹੁੰਦਾ 0349 1600 1611 ਵਟਸਐਪ ਨੰਬਰ ਦੀ ਮਨ ਬਰੇ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਹੈ ਮਾਸ਼ਾਅੱਲਾ ਮੇਰੇ ਸੱਜੇ ਪਾਸੇ ਇੱਕ ਪਿਓ ਨੀਲੀ ਮੱਝ ਆਈ ਹੈ ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਇੱਥੇ ਤੇ ਪਿਓਰ ਨੀਲੀ ਜਾਨਵਰ ਆਉਂਦੇ ਨੇ ਨੀਲੀ ਚ ਕੰਮ ਕਰਕੇ ਵਿਖਾਈ ਤੇ ਮਾਸ਼ਾਅੱਲਾ ਮੱਝ ਦੀਆਂ ਬਰੀਕੀਆਂ ਬਣੀਆਂ ਨੇ ਬਾਕੀ ਲਾਣਾ ਦਾ ਮੁਕੱਦਰ ਹੁੰਦਾ ਬਰੀਕ ਮੱਝ ਮਾਸ਼ਾਅੱਲਾ ਥੱਪਿਆਂ ਰਵਾਨੇ ਤੇ ਪੰਡਾ ਲਾਈ ਖਣੀ ਮਾਸ਼ਾਅੱਲਾ 2 ਫੁੱਟ ਪੂਰਾ ਲੰਮਾ ਵਾਨਾ ਮਾਸ਼ਾਅੱਲਾ ਫੱਟੇ ਵਾਲਾ ਵਾਨਾ ਮਾਸ਼ਾਅੱਲਾ ਬਾਕੀ ਧੁਨੀ ਤੋਂ ਲੈ ਕੇ ਸਾਫ਼ ਵਾਨਾ ਬਾਕੀ ਕਹਿੰਬੇ ਨਿਗਾਹ ਵਿੱਚ ਲਾਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਅੱਛੇ ਤੇ ਪਿਓਰ ਨੀਲੀ ਜਾਨਵਰ ਆਉਂਦੇ ਨੇ ਇੱਧਰ ਲੈ ਮਾਸ਼ਾਅੱਲਾ ਇਹਨੂੰ ਆਉਂਦੇ ਨੇ ਥੱਬਿਆਂ ਨਵਾਨੇ ਤੇ ਪੰਡਾ ਮਾਸ਼ਾਅੱਲਾ ਲਾਈ ਖੜੀ ਮੱਝ ਕੁਛ ਲੈਣਾ ਦੇਣਾ ਮੁਕੱਦਰ ਹੈ ਬਾਕੀ ਭਾਈ ਹਰਾਂ ਤੋਂ ਗੱਲਾਂ ਸਾਰੀਆਂ ਪੁੱਛ ਲੈਣੀਆਂ ਨੇ ਜੋ ਵੀ ਮਾਮਲਾਤ ਨੇ ਸੂਈਏ ਜਾਂ ਸੁਣ ਵਾਲੀਏ ਅੱਲਾ ਦੀ ਮਿਹਰਬਾਨੀ ਨਾਲ ਥੱਬਿਆਂ ਨਵਾਨੇ ਲਾਈ ਖੜੀ ਮੱਝ ਬਾਕੀ ਆ ਵੇਖੋ ਜੀ ਮੁੱਠ ਮੁੱਠ ਦਾ ਥਾਣੇ ਤੇ ਪੰਡਾ ਲਾਈ ਖੜੀਏ ਕੰਡ ਦੇਖ ਮਾਈ ਦੀ ਉੱਤੋਂ ਅੱਛਾ ਕੰਡ ਦੇਖ ਮਾਰੰਗੀ ਕੱਟੀ ਮਾਸ਼ਾਅੱਲਾ ਤੀਸਰਾ ਦਿਨ ਮਾਸ਼ਾਅੱਲਾ ਕਿੰਨਾ ਬੋਲਾ ਦੇਣੀ ਮਾਸ਼ਾਅੱਲਾ ਬੋਲਾ ਥਲੇ ਉਸ ਟਾਈਮ ਹਾਜ਼ਰ ਹੋ ਗਿਆ ਸਾਰਾ ਚੋਲੀਏ ਤੇ 14 ਕਿਲੋ ਸਾਰਾ ਚੌਲਾ 14 ਲੀਟਰ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਵੇਲੇ ਕੋਈ ਥਾਣਾ ਚ ਡੋਕਾ ਨਹੀਂ ਪਾਇਆ ਆ ਚਟਾਕ ਜੇ ਕਹਿ ਦੇਣੇ ਓਏ ਗਾਰੇਜ ਚ ਵੱਜਦੀਆਂ ਮੱਝਾਂ ਅੱਛਾ ਗਾਰੇ ਕੋਲੇ ਵੱਜਣ ਇਹ ਵਾਨਾ ਜਿਹੜਾ ਮਾਸ਼ਾਅੱਲਾ ਇਹ ਦੱਸਣਾ ਹੀ ਹਾਂਜੀ ਕੋਈ ਮੌਕੇ ਤੇ ਆਵੇ ਵੀਰ ਭਰਾ ਧੁੰਨੀ ਤੋਂ ਲੈ ਕੇ ਸਾਥ ਤੇ ਖੁੱਲੇ ਵਾਨੇ ਸਾਥ ਤੇ ਖੁੱਲੇ ਵਾਨੇ ਦੀ ਇਹ ਮੱਝ ਤਾਂ ਕਿਤੇ ਦੋ ਚੋਂ ਦੇਣਾ ਬਾਅਦ ਦੁੱਧ ਪੂਰਾ ਆਇਆ ਫੇਰ ਵੇਖੀ ਅੱਛਾ ਉਹ ਹਾਜ਼ਰ ਮੌਕੇ ਦੁੱਧ ਕਿੰਨਾ ਹਾਜ਼ਰ ਮੌਕੇ ਸਾਰਾ ਦੁੱਧ ਚੋਲੀਏ ਤਾਂ 7 ਕਿਲੋ ਡੰਗ ਦਾ 7 ਕਿਲੋ ਡੰਗ ਦਾ ਆਹੋ ਤਾਂ ਕੱਟੀ ਨੂੰ ਜੇ ਪਿਆਈਏ ਤਾਂ ਜਿਹੜਾ ਤੁਸੀਂ ਆਪਦੀ ਮਰਜ਼ੀ ਨਾਲ ਪਿਆ ਦਿਓ ਭਾਵੇਂ 1.5 ਰੁਪਏ ਪਿਆ ਦਿਓ 2 ਰੁਪਏ ਪਿਆ ਦਿਓ ਅੱਛਾ ਹੁਣ ਗੱਲਾਂ ਨੇ ਖੁੱਲਾ ਛੱਡ ਦੇ ਦੁੱਧ ਗੱਲਾਂ ਨੇ ਇਸ ਤਰ੍ਹਾਂ ਨਹੀਂ ਮੇਰਾ ਵੀਰ ਜਿਹੜਾ ਨਾ ਮਾਈ ਤੇ ਚੰਗੀ ਮਾਸ਼ਾਅੱਲਾ ਬਰੀਕ ਵੀ ਬੜੀ ਏ ਤੇ ਪਿੱਛੋਂ ਉੱਚੀ ਏ ਤੇ ਅੱਗੋਂ ਨੀਵੀਂ ਏ ਆ ਦੇਖ ਕਮਾ ਇਧਰ ਦੇਖ ਕਮਾ ਹੈ ਹੀ ਨਹੀਂ ਮਾਜ ਅੱਛਾ ਅਜ ਤਾਂ ਹੁੰਦੀਆਂ ਨਾ ਮੱਝਾਂ ਦਾ ਫੁੱਡੋ ਜੇ ਤਾਂ ਨਿਕਲੇ ਵੇਖ ਅੱਛਾ ਬਰੀਕ ਮਾਜ ਬੰਤਰ ਵੇਖ ਪਲੀ ਦੇਖ ਮੈਂ ਕਿੰਨੀ ਬਰੀਕ ਮਾਜ ਆਪਣੀ ਬਰੀਕ ਮਾਜ ਵੇਖ ਚਮੜੀ ਜਿੱਥੋਂ ਮਾਜ ਹਲਾਵੇਂਗਾ ਉੱਥੋਂ ਹਿੱਲੇਗਾ ਅੱਛਾ ਹਾਂ ਠੀਕ ਹੋ ਗਿਆ ਜੀ ਤੇ ਮੇਰਾ ਵੀਰ ਗੱਲਾਂ ਨੇ ਹੁਣ ਇਸ ਤਰ੍ਹਾਂ ਦੀਆਂ ਕੱਦ 5 ਫੁੱਟ ਹੈ ਮੈਂ ਦਾ ਹਾਂਜੀ ਕੱਦ ਤੇਰੇ ਸਾਹਮਣੇ ਵੇਖ ਕਿੰਨਾ ਕੱਦ ਆ ਅੱਛਾ ਬੰਤਰ ਵੇ ਮੈਂ ਹਿੱਲ ਚੁਰਦੀ ਤੇ ਜ਼ਮੀਨ ਹਿੱਲ ਹਵਾਨਾ ਮਾਜ ਚਲ ਪਸੰਦ ਮੈਨੂੰ ਆਇਆ ਖੁੱਲੇ ਵਾਨੇ ਦੀ ਥੱਬੇ ਦਾ ਵਾਨਾ ਹੈ ਨਾ ਭਾਈ ਖੁੱਲਾ ਵਾਨਾ ਅੱਛਾ ਇਹ ਦੁੱਧ ਵਾਲਾ ਵਾਨਾ ਵੇ ਹਜੇ ਢਿੱਲਾ ਕਿੰਨਾ ਪਿਆ ਅੱਛਾ ਹਾਂਜੀ ਠੀਕ ਹੋਗਾ ਜੀ ਹਾਂਜੀ ਹੁਣ ਮੈਂ ਵੀ ਗੱਲ ਇਸ ਤਰ੍ਹਾਂ ਦੀ ਮੁੱਲ ਪੱਕਾ ਪੀਡਾ ਕਰਨਾ ਹੀ ਪਿਆਰ ਮੁਹੱਬਤਾਂ ਜਿੱਥੇ ਮੈਂ ਵੇਚਣੀ ਆਪ ਪੱਕੀ ਪੀਡੀ ਗੱਲ ਕਰਨੀ ਹੈ ਪੱਕੀ ਪੀਡੀ ਮੁੱਲ ਕਰਨ ਨੂੰ ਤਾਂ ਭਾਵੇਂ ਜਿੰਨਾ ਮਰਜ਼ੀ ਕੀਤੀ ਜਾਓ ਅੱਛਾ ਹਾਂਜੀ ਅੱਛਾ ਮੁੱਲ 5.5 ਆ ਤੇ ਲੇਕਿਨ ਫਾਈਨਲ ਆਪਾਂ ਬਾਅਦ 5 ਲੱਖ ਦੀ ਵੇਚਣੀ ਹੈ 5 ਲੱਖ ਰੁਪਏ ਦੀ ਵਿਆਜ ਤੇਰੇ ਵਾਸਤੇ ਨਹੀਂ ਮੈਂ ਚੰਗੀ ਮਾਸ਼ਾਅੱਲਾ ਕੋਈ ਸ਼ੱਕ ਨਹੀਂ ਆਇਆ ਸਫਰ ਕਰਕੇ ਆਇਆ ਮੈਂ ਹੈ ਕਿੰਨਾ ਸਫਰ ਕਰਕੇ ਆਇਆ ਸਫਰ ਮੈਂ 100 ਕਿਲੋਮੀਟਰ ਕਰਕੇ ਆਇਆ ਤੇਰੇ ਕੋਲ ਫਿਰ ਇਦਾਂ ਹੀ ਹੁੰਦੀ ਨਾ ਫਿਰ 20,000 ਆਈ ਹੈ ਤੇਰੀ ਆਪਾਂ ਵੀਰ ਭਰਾ ਦੇ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨਾਲ ਖਿਆ ਕਰਨਾ ਫੈਸਲਾਬਾਦ ਲਾਹੌਰ ਗੁਜਰਾਲਾ ਸਿਆਲਕੋਟ ਜੇਲਮ ਡਸਕਾ ਰਿਆਜ ਠੀਕ ਹੈ ਦੂਰ ਵਾਲੇ ਲੈ ਜਾਣੇ ਜੇ ਭੈੜੀ ਮਾਈ ਦੇਣਾ ਤੈਨੂੰ ਲਾਮਾ ਹੀ ਦੇਣਾ ਮਰਦਾਨ ਆਪਣਾ ਤੇਰੇ ਪਰ ਪੂਰੇ ਪਾਕਿਸਤਾਨ ਚ ਮਾਲ ਜਾਂਦਾ ਆਨਲਾਈਨ ਮਾਲ ਜਾਂਦਾ ਤੈਨੂੰ ਪਤਾ ਹੀ ਸਾਰੀ ਗੱਲਾਂ ਦਾ ਨਾ ਚੱਲਦਾ ਬਿਲਕੁਲ ਠੀਕ ਹੈ ਨਾ ਤੇ ਆ ਚਟਾਕ ਜੀ ਜਿਹੜੇ ਵਾਲ ਚਿੱਟੇ ਨੇ ਇਹ ਗਾਰੇ ਚ ਭਾਈ ਬੱਜ ਬੱਜ ਕੇ ਆ ਬਿਲਕੁਲ ਵਾਲ ਚਿੱਟੇ ਨੇ ਮਾਸ਼ਾਅੱਲਾ ਮਾਈ ਦੇ ਬਾਕੀ ਕੈਮ ਸ਼ਾਵਾ ਪੂਰ ਤੇ ਥੋੜੇ ਜਿਹਾ ਵਾਲ ਚਿੱਟੇ ਅੱਛਾ ਹਾਂਜੀ ਠੀਕ ਹੋ ਗਿਆ ਮੈਂ ਜਿਹੜੀ ਕੱਟੀ ਬਗੈਰ ਮਿਲਣੀ ਨੀ ਉਹ ਤੇ ਵੇਖੋ ਜੀ ਅਸੀਂ ਤੇ ਨਹੀਂ ਮੰਗਦੇ ਜ਼ਬਰਦਸਤੀ ਤੇ ਨਹੀਂ ਕਿਸੇ ਨੂੰ ਕਹਿੰਦੇ ਅੱਛਾ ਹਾਂਜੀ ਠੀਕ ਹੋ ਗਿਆ ਹੁਣ ਮੈਨੂੰ ਇਹ ਦੱਸ ਮੇਰਾ ਵੀਰ ਰਿਆਜ ਆ ਤੇਰੀ ਉਂਗਲ ਨਹੀਂ ਜਿਹੜਾ ਮੋਟਾ ਤੇ ਦਾ ਚੁਆ ਛੱਟਾ ਫਾਰਾ ਕੋਣੀ ਦਾ ਕੋਈ ਛੱਟਾ ਫਾਰਾ ਨਹੀਂ ਐਂ ਟੋਰ ਮੈਂ ਨਹੀਂ ਨੂੰ ਖੋਲ ਪੈੜਾ ਖੋਲ ਲੈ ਕਿੱਥੇ ਆ ਗਿਆ ਜੀ ਕੱਢ ਦੇ ਪੈੜਾ ਹੀ ਕੱਢ ਦੇ ਤੁਰਦੀ ਨਹੀਂ ਨਾ ਬੱਚੇ ਤੋਂ ਇਹਨਾਂ ਜਾਂਦੀ ਫਿਰਦੀ ਬੱਚੇ ਨੂੰ ਟੋਰ ਲੈ ਪਰਾਂ ਨੂੰ ਟੋਰਾਂ
ਤੇ ਦੁੱਧ ਹੁਣ ਹਾਜ਼ਰ ਮੌਕੇ ਹੀ ਕਿੰਨਾ ਪੱਕਾ ਦੁੱਧ ਦੁੱਧ ਹਾਜ਼ਰ ਮੌਕੇ 14 ਲੀਟਰ 14 ਲੀਟਰ ਅੱਛਾ ਇਹੋ ਜੀ ਮਾਝੀ 14 ਦੋ ਦਿਨਾਂ ਦੀ ਸੂਈ ਦਿੰਦੀ ਨਹੀਂ ਤੇ ਦੋ ਦੋ ਸਿਰ ਤੇ ਬਸ ਹੋ ਜਾਂਦੀ ਹੈ ਪੀਂਦੇ ਪਾਣੀ ਅੱਛਾ ਭਾਈ 2400 ਦੁੱਧ ਹੈ ਹਾਂਜੀ 20 ਤਾਂ ਪਲਾਸ ਇਹਨੇ ਕਰਨਾ ਰਿਆਜ ਅੱਛਾ ਜੇ ਮਾਝ ਭਾਈ ਤੂੰ ਕਾਂਟੇ ਵੀ ਦੇਖ ਮਾਸ਼ਾਅੱਲਾ ਮਾਝ ਦੇ ਇੱਧਰ ਦੇਖ ਪਤਨੀ ਖੜੀ ਵੇਖ ਇੱਧਰ ਦੇਖ ਅੱਛਾ ਹਾਂ ਇਹ ਦੂਜਾ ਸੂਰਜ ਜਨਮ ਕਿ ਤੀਸਰੇ ਦੂਸਰਾ 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 ਅੱਛਾ ਤੀਸਰੇ ਮੈਂ ਬਣਾਣੇ ਤੇ ਆ ਆ ਵੇ ਕੋਈ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਸਾਡੇ ਨਾਲ ਰابطਾ ਜ਼ਰੂਰ ਕਰਨਾ ਹੈ ਨੰਬਰ ਹੁੰਦਾ ਆਪਣਾ 0349 16 00 ਟੋਲ ਪਰਨ ਮਾਰ ਛੋਟੀ ਇੰਦੇ ਮਾਸ਼ਾਅੱਲਾ ਥੱਬੇ ਹਲਵਾਨੇ ਲਾਈ ਖੜੀ ਸ਼ਾਹ ਕਾਲੀ ਇੱਕ ਰੰਗ ਦੀ ਮਾਸ਼ਾਅੱਲਾ ਜਾਨ ਪਰੰਦ ਇਹਨੂੰ ਆਦੇ ਪੰਡਾ ਤੇ ਥੱਬੇ ਬਾਕੀ ਨੰਬਰ ਆਪਣਾ ਹੁੰਦਾ 0349 ਨੰਬਰ ਇਹ ਮੁੱਲ ਕੀ ਪਿਆਰ ਮੁਹੱਬਤ ਨਾਲ ਪੱਕਾ ਜਾਂਦਾ ਪੱਕਾ ਮੁੱਲ ਤੈਨੂੰ 5 ਲੱਖ ਦੱਸਿਆ ਹੈ 5 ਲੱਖ ਰੁਪਇਆ ਕੋਈ 5 ਲੱਖ ਵਿੱਚੋਂ ਪਿਆਰ ਮੁਹੱਬਤ ਯਾਰ ਉਹ 30,000 ਤੇਰਾ ਥੋੜਾ ਬਹੁਤ ਇੱਥੇ ਪਾ ਦੇ ਅੱਛਾ ਬਾਕੀ ਮਾਈ ਤਾਂ ਕਹਿੰਦੀ ਮੇਰਾ 7 ਲੱਖ ਮੰਗ ਨਹੀਂ 7 ਲੱਖ ਪੈਸੇ ਕਿਹੜਾ ਕਣ ਲੱਗੇ ਮੇਰਾ ਵੀਰ ਪੈਸੇ ਕਿਹੜਾ ਕਣ ਲੱਗੇ ਤੂੰ ਮੈਨੂੰ ਇੱਕ ਗੱਲ ਦੱਸ ਦੇ ਆਜ ਇਹੋ ਜੀ ਮੱਝ ਤਿਆਰ ਕਰੀਏ ਸਾਲ ਦੇ ਵਿੱਚ ਕਿੰਨਾ ਖਰਚਾ ਹੁੰਦਾ ਵਾ ਖਰਚਾ ਫਿਰ ਆਉਂਦਾ ਹੀ ਹੈ ਨਾ ਤੇ ਖਰਚਾ ਇਹਨਾਂ ਦੇ ਵਿੱਚੋਂ ਲੈਣਾ ਹੋਰ ਕਿੱਥੋਂ ਦੇਣਾ ਅੱਛਾ 20 ਸਿਰ ਤੇ ਦੇਸੀ ਘਿਓ ਪਾਤਾ ਫਿਰ ਖੁੱਲ ਤੇ ਮੰਗ ਪੈਸੇ ਖਰਚਾ ਮੈਨੂੰ ਇੱਕ ਗੱਲ ਦੱਸ ਵੀ ਹਰ ਰੋਜ਼ 500 ਮੱਝ ਖਾਵੇ ਸਾਲ ਦਾ ਕਿੰਨਾ ਖਾ ਗਈ 2 ਲੱਖ ਰੁਪਏ ਤਿਆਰ ਕਰ ਰੱਖਣੇ ਕੋਈ 2-2 ਲੱਖ ਰੁਪਏ 2.5 ਲੱਖ ਦੇ ਬਾਖੜੀਆਂ ਵੇਖਦੀਆਂ ਅੱਛਾ ਦੁੱਧ ਕੀ ਭਾਅ ਹੈ ਅੱਜ ਕੱਲ ਤੇਰੇ ਪਿੰਡ ਦੁੱਧ ਇੱਥੇ 120 ਰੁਪਏ ਅੱਛਾ 120 ਰੁਪਏ ਪਿੰਡ ਤੇਰੇ ਵਿੱਚ ਹੋਗੇ ਪਿੰਡ ਇੱਥੇ 120 ਸਾਰੇ ਪਿੰਡਾਂ 'ਚ ਹੀ ਹੈ ਪਰ ਮਾਸ਼ਾ ਜਿਹੜੇ ਪਾਣੀ ਨਹੀਂ ਜਿਹੜੇ ਪਾਣੀ ਪਾਉਂਦੇ ਉਹਨਾਂ ਦਾ ਘੱਟ ਆ ਉਹਨਾਂ ਦਾ ਬੇੜਾ ਨਹੀਂ ਪੈਂਦਾ ਉਹਨਾਂ ਦਾ ਬੇੜਾ ਬਹਿਣਾ ਹੀ ਆ ਜਦੋਂ ਪਾਣੀ ਪਾਉਣਾ ਅੱਛਾ ਹਾਂ ਪਾਣੀ ਨਹੀਂ ਪਾਉਣਾ ਚਾਹੀਦਾ ਦੂਰ ਖਦਾ ਜੇ ਇਹ ਬਲੈਕ ਗੋਲਡ ਤੇ ਇਹ ਕਰਮਾ ਜੀ ਉਹਨੇ ਪੈਸੇ ਤੁਸੀਂ ਵਾਧ ਲੈ ਲਓ ਤਾਂ ਨਾ ਬੇਈਮਾਨੀ ਕਰੋ ਅੱਛਾ ਬੇਈਮਾਨੀ ਤਾਂ ਬੰਦੇ ਕਰਦੇ ਨਾ ਉਹ ਬੇਈਮਾਨੀ ਤਾਂ ਬੰਦਿਆਂ ਨੂੰ ਆਦਤ ਆ ਤਾਂ ਹੀ ਤਾਂ ਆਪਣੇ ਪੂਰੀ ਨਹੀਂ ਪੈਂਦੀ ਮੁਲਕ ਦੀ ਤੇ ਹੁਣ ਇਹ ਦੱਸ ਵੀ ਮੁੱਲ ਪੱਕਾ ਹੈ ਕਿੰਨਾ ਪੱਕਾ ਪੀਟਾ ਰਿਆਜ ਤੈਨੂੰ 10,000 ਰੁਪਇਆ ਛੱਡ ਦਾਂਗਾ ਤੂੰ ਚੌਥੀ ਪੰਜਵੀਂ ਵਾਰੀ ਕਹਿ ਦਿੱਤਾ 4,90,000 ਡਿਮਾਂਡ ਮਾਲਕਾ ਜੀ ਮਗਰ ਕੱਟੀਏ ਨੰਬਰ ਹੁੰਦਾ 0349 16 00 211